अगर आपने हमारे चैनल को सब्सक्राइब नहीं किया है तो इसे सब्सक्राइब कर लें। मोगा पुलिस की तरफ से सुबह 5 बजे मोगा के कई इलाकों में की गई रेड। डीएसपी संधु की अगुवाई में 4 थानों के एसएचओ समेत 70 पुलिस कर्मियों ने की मोगा के अलग अलग इलाकों में नशे को लेकर रेड। आपको बता दें कि 2 दिन पहले भी मोगा पुलिस द्वारा मोगा के कुछ इलाकों में रेड की गई थी। सुबह 5 बजे मोगा के डीएसपी और 4 थानों के एसएचओ समेत मोगा के गाँव लंडेक में भारी रेड की गयी। ਲੰਡੇ ਕੇ ਦੇ ਵਿੱਚ ਜਿਹੜਾ ਕਾਫੀ ਨਸ਼ੇ ਦੇ ਖਿਲਾਫ ਸਾਨੂੰ ਸ਼ਿਕਾਇਤ ਮਿਲੀ ਸੀ ਇਸ 'ਚ ਕਈ ਸਾਰੇ ਲੋਕ ਜਿਹੜੇ ਨੇ ਉਹ ਚਿੱਟਾ ਵੇਚਣ ਦਾ ਧੰਦਾ ਕਰਦੇ ਮੇਰੇ ਉਹਨਾਂ ਸਾਰੇ ਸਬ ਡਿਵੀਜ਼ਨ ਦੀ ਫੋਰਸ ਲੈ ਕੇ ਨਾਲ ਹੋਰ ਪੁਲਿਸ ਲਾਈਨ ਦੇ ਵਿੱਚੋਂ ਜਿਹੜੀ ਕਿਊਆਰਟੀ ਦੀਆਂ ਟੀਮਾਂ ਨਾਲ ਲੈ ਕੇ ਇਸ ਪਿੰਡ ਦੇ ਵਿੱਚ ਜਿਨ੍ਹਾਂ 'ਤੇ ਸਾਨੂੰ ਸ਼ੱਕਸ਼ੀਆਂ 'ਤੇ ਅਸੀਂ ਸਰਚ ਕੀਤੀ ਹੈ ਅਤੇ ਸਰਚ ਜਾਰੀ ਹੈ ਜੀ ਜਦੋਂ ਵੀ ਕੋਈ ਕਿਸੇ ਦੇ ਖਿਲਾਫ ਕੋਈ ਸਾਨੂੰ ਕੋਈ ਰਿਕਵਰੀ ਵਗੈਰਾ ਹੁੰਦੀ ਹੈ ਜੇ ਕਿਸੇ ਤੋਂ ਵੀ ਖਿਲਾਫ ਕਰਦੇ ਹਾਂ ਡੋਗ ਸਕਾਟ ਦੀ ਮਦਦ ਵੀ ਲਈ ਗਈ ਹੈ ਸਾਡੇ ਕੋਲ ਕੋਈ ਡੋਗ ਹੈਗਾ ਐਕਸਪਰਟ ਜਿਹੜਾ ਐਨ ਡੀ ਪੀ ਸੈਕਟਰ ਦੇ ਸੰਬੰਧ 'ਚ ਹੈਗਾ ਉਹਨੂੰ ਇਹਦੇ ਬਾਰੇ ਪਛਾਣ ਆ ਵੀ ਜੇ ਇਸ ਘਰ ਦੇ ਵਿੱਚ ਕਿਤੇ ਕੋਈ ਨਸ਼ਾ ਲੁਕੋਇਆ ਤਾਂ ਉਹ ਡੋਗ ਦੀ ਸਾਨੂੰ ਉਹ 'ਚ ਹੈਲਪ ਹੁੰਦੀ ਹੈ ਦੇਖੋ ਪੁੱਛਗਿੱਛ ਲਈ ਲੈ ਕੇ ਜਿਹਨਾਂ ਨੇ ਕਾਫੀ ਲੋਕਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਇੱਥੇ ਲੋਕ ਜਿਹੜੇ ਚੰਗੇ ਪੁਰਸ਼ ਨੇ ਉਹਨਾਂ ਦੀ ਵੀ ਅਸੀਂ ਮਦਦ ਲੈ ਰਹੇ ਹਾਂ ਵੀ ਤਾਂ ਜੋ ਕਿ ਇੱਥੇ ਬਾਹਰੋਂ ਬੰਦਾ ਆ ਕੇ ਕੋਈ ਨਸ਼ਾ ਨਾ ਵੇਚੇ ਬਾਹਰੋਂ ਕੋਈ ਨਸ਼ਾ ਆ ਕੇ ਕਰੇ ਨਾ ਇੱਥੋਂ ਲੈ ਕੇ ਨਾ ਜਾਵੇ ਜਿਹੜਾ ਕੋਈ ਧੰਦਾ ਕਰਦਾ ਉਹ ਸਾਰੇ ਲੋਕਾਂ ਦੀ ਅਸੀਂ ਪੁੱਛਗਿੱਛ ਕਰਕੇ ਜਿਹੜੀ ਅਸੀਂ ਜਾਣਕਾਰੀ ਹਾਸਲ ਕਰ ਰਹੇ ਹਾਂ अगर आपने हमारे चैनल को सब्सक्राइब नहीं किया है तो इसे सब्सक्राइब कर लें।